ਖੜ ਜੋ ਇਹ ਆ ਲੋ, ਆ ਜੋ, ਆਓ 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 ਆਓ, ਖਾਓ ਚੱਕੋ, ਲਓ ਬਈ ਹੋਰ ਲੈ ਲਓ, ਲਓ ਜੀ, ਹਾਂਜੀ ਤੁਸੀਂ ਵੀ ਆ ਗਏ, ਆਇਓ ਫਿਰ ਖਾਓ। ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਕੀ ਹਾਲ ਚਾਲ ਨੇ ਮਿੱਤਰੋ, ਠੀਕ ਠਾਕ ਹੋ? ਅੱਜ ਲੈ ਕੇ ਆਵਾਂਗੇ ਬਈ ਆਪਾਂ ਨਵੇਂ ਜਾਨਵਰ, ਅਤੇ ਪਹਿਲਾਂ ਜਾਨਵਰਾਂ ਨੂੰ ਪਾ ਦਈਏ ਦਾਣੇ, ਇਹਨਾਂ ਨੂੰ ਪਾ ਤੇ, ਅਤੇ ਉੱਧਰਲੇ ਰਹਿ ਗਏ ਉਹਨਾਂ ਨੂੰ ਪਾ ਦਈਏ। ਆ ਜਾਓ ਭੱਜ ਕੇ, ਆ ਜਾਓ, ਖੜ ਜਾਓ ਵੀ, ਖੜ ਜਾਓ, ਅਸੀਲ ਪੱਠੇ ਹੋ, ਖੜ ਜਾਓ, ਆ ਲਓ ਪੀ ਲਓ, ਆਇਓ ਆਪਣੇ ਸਾਰੇ ਅਸੀਲ ਪੱਠੇ ਬਈ ਆਹ ਜਾਲ ਦੇ ਵਿੱਚ ਰਹਿੰਦੇ ਨੇ, ਸਾਰੇ ਵੱਡੇ ਇੱਥੇ ਰਹਿੰਦੇ ਨੇ, ਆਹ ਦੇਖੋ ਬਸ ਇਹਨਾਂ ਦਾ ਆਹ ਪੱਕਾ ਟਿਕਾਣਾ ਗਾ, ਹੋਰ ਕਿਤੇ ਨਹੀਂ ਆਉਂਦੇ, ਇਹ ਇੱਥੇ ਹੀ ਰਹਿਣਗੇ। ਗੱਡੀ ਲਾ ਲਈ ਬਈ ਬੈਕ, ਅਤੇ ਆ ਜਾਓ ਆਪਾਂ ਪਿੰਜਰੇ ਲੈ ਕੇ ਆਈਏ, ਪਿੰਜਰੇ ਲੈ ਕੇ ਚੱਲਾਂਗੇ, ਉਹਨਾਂ ਦੇ ਵਿੱਚ ਪਾ ਕੇ ਲਿਆਵਾਂਗੇ ਬਈ। ਆ ਪਏ ਨੇ ਮਿੱਤਰੋ ਆਪਣੇ ਪਿੰਜਰੇ, ਆ ਜਾਓ ਇਹਨਾਂ ਨੂੰ ਗੱਡੀ 'ਚ ਰੱਖਦੇ ਹਾਂ, ਅਤੇ ਬਈ ਜਿਹੜੀਆਂ ਆਪਣੀਆਂ ਆਹ ਡੈਕਸ ਨੇ ਦੋਨੇ ਹਾਕੀ ਕੈਮਲ ਡੈਕਸ, ਇਹਨਾਂ ਨੂੰ ਆਪਾਂ ਲੈ ਕੇ ਚੱਲਦੇ ਹਾਂ, ਇਹਨਾਂ ਨੂੰ ਫਾਰਮ 'ਤੇ ਛੱਡਾਂਗੇ, ਅਤੇ ਉੱਥੋਂ ਨਵੇਂ ਜਾਨਵਰ ਲਿਆਵਾਂਗੇ, ਕਿਉਂਕਿ ਬਈ ਉਹ ਆਪਾਂ ਆਹ ਖੁੱਡੇ ਦੇ ਵਿੱਚ ਛੱਡਣੇ ਨੇ, ਤਾਂ ਆਪਣਾ ਖੁੱਡਾ ਵੀ ਵਿਹਲਾ ਹੋਜੂ, ਅਤੇ ਨਾਲੇ ਬਈ ਇਹ ਆਪਣੀ ਮੁਰਗੀ ਨੂੰ ਤੰਗ ਕਰਦੀਆਂ ਨੇ ਇੱਕ ਨੂੰ, ਤਾਂ ਨਾਲੇ ਉਹ ਮਸਲਾ ਹੱਲ ਹੋਜੂ। ਤਾਂ ਆਪਾਂ ਇਹਨਾਂ ਨੂੰ ਫੜ ਕੇ, ਹੈ ਨਾ, ਦੋਨਾਂ ਨੂੰ ਫੜ ਕੇ ਪਿੰਜਰੇ ਦੇ ਵਿੱਚ ਪਾ ਲੈਂਦੇ ਹਾਂ, ਅਤੇ ਲੈ ਕੇ ਚੱਲਦੇ ਹਾਂ, ਆ ਜਾਓ ਬਈ ਫਿਰ ਇਹਨਾਂ ਨੂੰ ਫੜੀਏ ਅਤੇ ਪਾਈਏ। ਭਾਈ ਦੀ ਕਿੱਧਰ ਆ, ਭਾਈ ਦੀ ਕਿੱਧਰ ਆ, ਭਾਈ ਦੀ ਕਿੱਧਰ ਆ, ਆਹ ਨਿਕਲ ਗਈ ਇੱਕ ਬਈ, ਇੱਕ ਪਾ ਲਈ, ਇਹ ਟਰੈਕਟਰ ਥੱਲੇ ਵੜ ਗਈ, ਮੁੜ ਕੇ ਇਹਨੇ ਨਿਕਲਣਾ ਨਹੀਂ ਹੈਗਾ। ਆਹ ਮੁਰਗੀ ਦੇਖੋ ਬਈ, ਆਹ ਵੜ ਗਈ ਇਹਦੇ ਨਾਲ, ਇਹਨੂੰ ਤੰਗ ਕਰਦੀਆਂ ਨੇ ਇਹ, ਅਤੇ ਨਾ ਹੀ ਆਹ ਮੁਰਗੀ ਰਹਿੰਦੀ ਹੈ ਇਹਨਾਂ ਬਿਨਾ, ਪਤਾ ਨਹੀਂ ਕੀ ਚੱਕਰ ਹੈ ਕੀ ਨਾ ਯਾਰ, ਅੱਜ ਸਾਰਾ ਮਸਲਾ ਹੱਲ ਹੋਜੂ ਇਹਦਾ। ਲਓ ਜੀ ਦੋਨੇ ਪਾ ਲਈਆਂ ਪਿੰਜਰੇ 'ਚ, ਲੈ ਵੀ ਮੁਰਗੀ ਏ, ਹੁਣ ਤੇਰੀ ਛੁੱਟੀ ਆ, ਠੀਕ ਆ, ਫਿਰਦੀ ਰਹਿ ਇਕੱਲੀ, ਆ ਜਾਓ ਬਈ ਫਿਰ ਗੱਡੀ 'ਚ ਰੱਖੀਏ ਅਤੇ ਚੱਲੀਏ। ਇੱਕ ਪਿੰਜਰਾ ਚੱਕ ਲੈਂਦੇ ਹਾਂ, ਕਿਹਦੇ ਨਾਲ ਦਾ ਉਹ ਪਤਾ ਨਹੀਂ ਯਾਰ, ਇੱਧਰ ਉੱਧਰ ਹੀ ਹੋਊ ਕਿਤੇ। ਆਹ ਟਰੇ ਨੂੰ ਪਾ ਲੈਂਦੇ ਹਾਂ ਆਪਾਂ ਇਹਦੇ ਵਿੱਚ, ਮੂਹਰਲੇ ਪਾਸੇ ਦੀ ਪਊਗੀ, ਤਾਂ ਕਿ ਬਈ ਗੱਡੀ ਦੇ ਅੰਦਰ ਹੈ ਨਾ ਮਿੱਠਾ ਮੁੱਠਾ ਨਾ ਮਾਰਨ, ਤਾਂ ਕਰਕੇ ਆਹ ਤੂੰ ਚੱਕ ਲਾ, ਮੈਂ ਥੱਲੇ ਵਾਲਾ ਚੱਕ ਲੈਂਦਾ, ਕਿਆ ਦੂਜਾ, ਚੱਲ ਐਂ ਲੈ ਚੱਲਦੇ ਹਾਂ। ਪਹਿਲਾਂ ਆ ਰੱਖ ਲੈਂਦੇ ਹਾਂ, ਹੈ ਨਾ, ਫੀਟ ਡਿੱਗਣੀ ਪਊਗੀ। ਲਓ ਜੀ ਕੰਮ ਲੋਟ ਆ, ਦੂਜੇ ਨੂੰ ਫੀਟ 'ਤੇ ਵਿਚਾਲੇ ਧਰ ਲੈਂਦੇ, ਚੱਲ ਆਹ ਤਾਂ ਕੰਮ ਲੋਟ ਆ ਇੱਧਰੋਂ। ਮਿੱਤਰੋ ਆਪਾਂ ਪਹੁੰਚ ਗਏ ਬਾਈ ਦੇ ਫਾਰਮ 'ਤੇ, ਹੁਣ ਲੈ ਕੇ ਚੱਲਦੇ ਹਾਂ ਜਾਨਵਰ, ਆਪਣੀਆਂ ਆਹ ਡੈਕਸ ਕੱਢਤੀਆਂ ਬਾਹਰ ਬਈ,
ਇੱਥੇ ਘੁੰਮ ਫਿਰ ਲੈਣਗੀਆਂ। ਹੁਣ ਇੱਧਰ ਛੱਡਤੀਆਂ ਬਾਈ ਨੇ ਆਪਦੇ ਵਾਲੀਆਂ ਡੈਕਸ, ਇਹ ਵੀ ਆ ਗਈਆਂ ਬਾਹਰ ਲੱਕ ਜਾਂ ਮਾਰਦੀਆਂ। ਆਪਣੇ ਵਾਲੀਆਂ ਡੈਕਸ ਇੱਧਰ ਲਿਆਂਦੀਆਂ ਬਈ ਵਗਲ ਕੇ, ਅਤੇ ਆਹ ਡੈਕਸ ਦੇ ਕੋਲ ਛੱਡ ਦਿੰਦੇ ਹਾਂ। ਇੱਕ ਦੋ ਦਿਨਾਂ 'ਚ, ਦੋ ਚਾਰ ਦਿਨਾਂ 'ਚ ਇਹਨਾਂ ਦੇ ਨਾਲ ਦੋਸਤੀ ਹੋ ਜੂ, ਘੁਲ ਮਿਲ ਜਾਣਗੀਆਂ। ਅੱਜ ਤਾਂ ਇਹ ਦੇਖੋ ਡਰੀ ਜਾਂਦੀਆਂ ਨੇ ਕਿਵੇਂ, ਹੈ ਨਾ, ਕੋਲ ਆ ਜਾਂਦੀਆਂ ਨੇ, ਭੱਜ ਜਾਂਦੀਆਂ ਨੇ, ਡਰੀ ਜਾਂਦੀਆਂ ਨੇ, ਪਰ ਦੋ ਚਾਰ ਦਿਨਾਂ 'ਚ ਕੰਫਰਟੇਬਲ ਹੋ ਜਾਣਗੀਆਂ। ਅਤੇ ਆਹ ਡੈਕਸ ਬਈ ਹੁਣ ਇੱਥੇ ਹੀ ਰਹਿਣਗੀਆਂ ਆਹ ਫਾਰਮ 'ਤੇ। ਆਪਣੇ ਤੁਹਾਨੂੰ ਪਤਾ ਬਈ ਉਹ ਮੁਰਗੀ ਨੂੰ ਤੰਗ ਕਰਦੀਆਂ ਸੀ, ਅਤੇ ਨਾਲੇ ਆਪਣਾ ਖੁੱਡਾ ਵਿਹਲਾ ਹੋ ਗਿਆ, ਉਹ ਦੋਨੇ ਕੰਮ ਹੋ ਗਏ। ਲਓ ਬਈ ਮਿੱਤਰੋ, ਇਹਨਾਂ ਦੀ ਹੋ ਗਈ ਦੋਸਤੀ, ਇਕੱਠੀਆਂ ਹੋ ਗਈਆਂ ਸਾਰੀਆਂ, ਮੋਟਰ ਦੇ ਥੱਲੇ ਖੜੀਆਂ ਨੇ, ਉੱਤੋਂ ਡਿੱਗੀ ਜਾਂਦਾ ਪਾਣੀ ਇਹਨਾਂ 'ਤੇ, ਨਜ਼ਾਰੇ ਲਈ ਜਾਂਦੀਆਂ ਨੇ, ਇੰਜੋਏ ਆ ਪੂਰਾ। ਡੈਕਸ ਆਪਾਂ ਦਿੱਤੀਆਂ ਛੱਡ ਬਈ, ਅਤੇ ਆਪਾਂ ਲੈ ਕੇ ਚੱਲਦੇ ਹਾਂ ਮੁਰਗੀਆਂ, ਸੋਨਾਲੀ ਸੋਨਾਲੀ ਮੁਰਗੀਆਂ ਲੈ ਕੇ ਚੱਲਦੇ ਹਾਂ ਆਪਾਂ, ਅਤੇ ਅੰਦਰ ਜਾ ਕੇ ਫੜਦੇ ਹਾਂ। ਟੋਟਲ ਆਪਾਂ 10 ਨਗ ਲੈਣੇ ਨੇ, ਜਾਣੀ ਕਿ 9 ਮੁਰਗੀਆਂ, ਇੱਕ ਮੁਰਗਾ, ਜਾਂ 8 ਮੁਰਗੀਆਂ ਜਾਂ 2 ਮੁਰਗੇ, ਐਫਲੋਟ ਲਵਾਂਗੇ। ਅਤੇ ਬਾਕੀ ਜਾਨਵਰ ਤੁਸੀਂ ਦੇਖੀ ਹੋਏ ਨੇ ਬਾਈ ਦੇ, ਹੈ ਨਾ, ਤਾਂ ਆਮਣ ਲਿਆਇਆ ਪਿੰਜਰਾ ਇੱਧਰ, ਅਤੇ ਆਇਓ ਫਿਰ ਫੜ ਫੜ ਕੇ ਵਿੱਚ ਪਾਈਏ ਅਤੇ ਲੈ ਕੇ ਚੱਲੀਏ, ਅਤੇ ਨਾਲੇ ਤੁਹਾਨੂੰ ਦਿਖਾਈਏ ਬਈ ਕਿਹੜੇ ਕਿਹੜੇ ਰੰਗਾਂ ਦੀਆਂ ਨੇ। ਆਇਓ ਬਈ ਫਿਰ ਚੱਲ ਕੇ ਦੇਖੀਏ ਅੰਦਰ। ਆਹ ਨੇ ਬਈ ਸੋਨਾਲੀ ਮੁਰਗੀਆਂ, ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਈਆਂ ਵੀ ਸੀ ਤੁਹਾਨੂੰ ਜਦੋਂ ਲਿਆਂਦੀਆਂ ਸੀਗੀਆਂ ਇਹ, ਅਤੇ ਅੱਜ ਆਪਾਂ ਲੈ ਕੇ ਚੱਲਦੇ ਇਹਨਾਂ 'ਚੋਂ 10 ਕੁ। ਆਇਓ ਬਈ ਫਿਰ ਫੜੀਏ ਮੁਰਗੀਆਂ, ਗੋਲ ਮਟੋਲ ਜੀਆਂ ਫੜ ਲਾ। ਓਹੋ ਪੈ ਗਿਆ ਖਲਾਰਾ, ਪੈ ਗਿਆ ਖਲਾਰਾ, ਕਸਮਾਣ ਹੀ ਪੈ ਗਿਆ ਬਈ ਅੰਦਰ। ਉੱਧਰ ਲੱਗੇ ਹੋਏ ਨੇ ਅਮਨ ਅਤੇ ਬਾਈ ਫੜਨ ਵਾਸਤੇ। ਲਓ ਜੀ ਆਹ ਆ ਗਈਆਂ ਪਹਿਲੀਆਂ, ਚਾਰ ਤਿੰਨ, ਲਓ ਜੀ 3 ਫਿੱਟ ਲੀਆਂ। ਹਾਂ ਮੈਂ ਇੱਧਰ ਖੜਾ ਗੇਟ 'ਚ। ਇੱਕ ਬਾਬਾ ਵੱਡੀ ਜੀ ਫਿਰਦੀ, ਅਮਨ ਆਹ ਦੇਖ ਆਹ ਫਿਰਦੀ, ਆਹ ਫਿਰਦੀ ਤੇਰੇ ਪਿੱਛੇ ਪੂਛੀ ਵਾਲੀ। ਹਾਂ ਬਸ ਚੱਲ ਇੱਕ ਵਾਰੀ ਆਹ ਪਾਉਂਦੇ ਹਾਂ ਦੋ। ਲਓ ਜੀ ਦੋ ਆਹ ਫਿੱਟ ਲੀਆਂ, ਆਹ ਲਾਲ ਦੇਖ ਲਾ, ਆਹ ਫੜ ਲੈ ਚੱਲ। ਬਾਕੀ ਹੋਰ ਕਿਹੜੀ ਫੜਨੀ ਹੈ ਸਰਮੇ ਰੰਗੀ, ਕਿਹੜੀ ਚਿੱਟੀ? ਅੱਛਾ ਬਾਈ ਨੇ ਫੜੀ ਹੈ ਜਿਹੜੀ। ਲਓ ਜੀ 3 ਹੋਰ ਫੜ ਲੀਆਂ, ਇਹਦੇ ਵਿੱਚ ਹੋ ਗਈਆਂ 3-5 ਮੁਰਗੀਆਂ ਹੋ ਗਈਆਂ, ਟੋਟਲ 8 ਹੋ ਗਈਆਂ। ਬਸ ਬਾਕੀ ਇਹ 'ਚ ਪਾ ਲੈਂਦੇ ਹਾਂ। ਆ ਜਾਓ ਵੀ ਹੁਣ ਫੜਦੇ ਹਾਂ ਆਪਾਂ ਮੁਰਗਾ ਘੈਂਟ ਜਾ ਕੋਈ। ਕਿੱਥੇ ਨੇ ਮੁਰਗੇ? ਇੱਕ ਤਾਂ ਲਾਲ ਜੇ ਨੇ, ਹੈ ਨਾ, ਇੱਕ ਉਹ ਚਿੱਟਾ, ਇਹ ਵੀ ਮੁਰਗਾ,
ਕਿਹੜਾ ਫੜੀਏ, ਇੱਕੋ ਭਰਾਂ ਫਿਰਦਾ ਲਾਲ ਹੈ ਨਾ ਪਤਲੀ ਧੋਣ ਵਾਲਾ, ਕਿਹੜਾ ਲਾਲ ਕਿਹੜਾ ਫੜੀਏ, ਕਿਹੜਾ ਲਾਲ ਉਹ, ਹਾਂ ਉਹ ਫੜ ਲੈਂਦੇ ਫਿਰ, ਉਹ ਫੜ ਲੈਂਦੇ ਹਾਂ, ਹਾਂ ਉਹ ਦੇ ਦਿਓ ਬਈ, ਹਾਂ ਆ ਗਿਆ ਬਈ, ਆਹ ਮੁਰਗਾ ਲੈ ਕੇ ਚੱਲਾਂਗੇ, ਫੜ ਲਿਆ ਫੜ ਲਿਆ ਫੜ ਲਿਆ, ਲਓ ਜੀ ਆ ਗਿਆ ਮੁਰਗਾ, ਕੋਈ ਨਾ ਬਸ 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 ਤੇਰੀ ਸੇਵਾ ਕਰਾਂਗੇ, ਪਤੀਲੇ 'ਚ ਨਹੀਂ ਪਾਉਂਦੇ ਤੈਨੂੰ, ਡਰਨਾ, ਹਾਂ ਦੋ ਮੁਰਗੀਆਂ ਇੱਧਰ ਹੋਰ ਪਾ ਦਿੰਦੇ ਹੈਗੇ, ਪੰਜ ਪੰਜ ਕਰ ਦਿੰਦੇ ਹਾਂ ਜਾਂ ਦੋਨੇ ਪਾਸੇ, ਉਹ ਵੱਡਾ ਥੋੜ੍ਹਾ ਜਿਹਾ ਉਹ 'ਚ, ਚੱਲ ਛੇ ਵੱਗ ਜਾਣੀ ਹੈ, ਇੱਕ ਹੋਰ ਪਾ ਲੈਂਦੇ ਹਾਂ 'ਚ, ਲਓ ਜੀ ਨੌ ਮੁਰਗੀਆਂ ਪੈ ਗਈਆਂ, ਇੱਕ ਮੁਰਗਾ ਪੈ ਗਿਆ, ਦਸ ਨਗ ਪਾ ਲਏ ਆਪਾਂ, ਇੱਧਰੋਂ ਕੰਮ ਡਾਨਾ ਬਈ, ਆਹ ਦੇਖ ਲਈਏ ਆਪਾਂ ਮਾੜੇ ਜਿਹੇ ਫੈਂਸੀ, ਇਹ ਕਿੱਡੇ ਕਿੱਡੇ ਹੋ ਗਏ, ਹਾਂ ਵੀ ਕੀ ਹਾਲ ਚਾਲ ਨੇ ਤੁਹਾਡੇ, ਕਿੱਧਰ ਗਈਆਂ ਚਿੱਟੀਆਂ ਚਕੋਰਾਂ, ਉਹ ਸੀ ਅੱਜ ਫਮਾਰ ਕੇ ਦਿਖੀਆਂ ਨੇ, ਉਹਦੇ ਤਾਂ ਲੁੱਕ ਗਈਆਂ ਸੀ ਬਈ, ਦੇਖੋ ਉਹ ਅਮੈਰੀਕਨ ਆਪਣੇ ਨਾਲ ਦਾ, ਆਪਣੇ ਕੋਲ ਲਾਲ ਮੁਰਗੀ ਅਮੈਰੀਕਨ ਜਮ੍ਹਾਂ ਸੇਮ ਉਹਦੇ ਨਾਲ ਦੀ, ਬਾਕੀ ਆ ਗਰੇ ਆ ਗਏ, ਵਾਈਟ ਆ ਗਏ, ਬਲੈਕ ਆ ਗਏ, ਉਹ ਅੰਦਰ ਚਲੋ ਅੰਦਰ ਆ ਜਾਓ ਵੀ, ਮੁਰਗੀ ਅੰਦਰ ਰੱਖ ਲਈਏ ਗੱਡੀ ਦੇ, ਅਤੇ ਪਾਉਣੇ ਆ ਚਾਲੇ, ਚਲੋ ਜੀ ਬੈਠੋ, ਆ ਜਾਓ ਵੀ ਵੈਲਕਮ, ਆ ਗਈਆਂ ਵੀ ਮੁਰਗੀਆਂ ਆਪਣੀਆਂ ਆਪਣੇ ਘਰੇ, ਲਓ ਜੀ ਦੋਨੇ ਪਿੰਜਰੇ ਕੱਢ ਲਿਆਂਦੇ, ਆ ਜਾਓ ਵੀ ਮਿੱਤਰੋ ਫਿਰ ਛੱਡੀਏ ਸਾਰੀਆਂ ਮੁਰਗੀਆਂ, ਅਤੇ ਨਾਲੇ ਤੁਹਾਨੂੰ ਦਿਖਾਈਏ ਕਿਹੜੇ ਕਿਹੜੇ ਰੰਗਾਂ ਦੀਆਂ ਨੇ, ਇਹਨਾਂ ਨੂੰ ਆਪਾਂ ਬਾਹਰ ਨਹੀਂ ਛੱਡਦੇ, ਅੱਜ ਉਹ ਖੁੱਡੇ 'ਚ ਛੱਡਾਂਗੇ, ਆਹ ਖੁੱਡਾ ਦੇਵਾਂਗੇ ਇਹਨਾਂ ਨੂੰ, ਖੁੱਡੇ ਦੀ ਕਰ ਲਈ ਆਪਾਂ ਸਫਾਈ ਬਈ, ਅਤੇ ਕੱਲ੍ਹ ਨੂੰ ਆਪਾਂ ਇਹਨਾਂ ਨੂੰ ਬਾਹਰ ਛੱਡਾਂਗੇ, ਅੱਜ ਦਾ ਦਿਨ ਇਹਦੇ ਅੰਦਰ ਛੱਡਦੇ ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਆਹ ਜਾਲ ਆ ਜਾਲ ਤਿਆਰ ਕਰਾਵਾਂਗੇ, ਸਾਰੀਆਂ ਮੁਰਗੀਆਂ ਇਹਦੇ ਅੰਦਰ ਛੱਡਾਂਗੇ ਜਿੰਨੀਆਂ ਵੀ ਨੇ, ਬਾਕੀ ਜਿਹੜੇ ਆਪਣੇ ਸੈਟਅਪ 'ਤੇ ਫਿਰਦੀਆਂ ਨੇ ਉਹ ਵੀ ਵਿੱਚ ਹੀ ਛੱਡਾਂਗੇ, ਤਾਂ ਫਿਲਹਾਲ ਆ ਜਾਓ ਆਪਾਂ ਇਹਨਾਂ ਨੂੰ ਛੱਡ ਦਈਏ, ਲਓ ਜੀ ਆਹ ਖੋਲ੍ਹਤਾ ਆਪਾਂ ਪਿੰਜਰਾ, ਅਤੇ ਹੁਣ ਛੱਡਦੇ ਹਾਂ ਅੰਦਰ, ਚਲੋ ਜੀ ਜਾਓ ਜਾਓ ਉੱਤੋਂ ਕੱਢ ਕੇ ਛੱਡ ਦਿੰਦੇ ਹਾਂ, ਹੈ ਨਾ, ਲਓ ਜੀ ਦੇਖੋ ਨਾਲੇ ਰੰਗ ਦੇਖੋ ਸਾਰੀਆਂ ਮੁਰਗੀਆਂ ਦੇ, ਉਹ ਗਈ ਡਾਰਕ ਅਤੇ ਰੈੱਡ, ਆਹ ਫਿੱਕੀ ਰੈੱਡ, ਉਹ ਕਾਲੀ, ਆਹ ਚਿੱਟੀ, ਆਹ ਸੁਰਮੇ ਰੰਗੀ, ਇਹ ਨੇ ਬਈ ਸੁਨਾਲੀ, ਆਹ ਆ ਗਈ ਫਿੱਕੀ ਸੁਰਮੇ ਰੰਗੀ, ਤਾਂ ਰੰਗ ਨੇ ਬਈ ਬਹੁਤ ਸੋਹਣੇ ਰੰਗ ਨੇ, ਆ ਜਾਓ ਦੂਜਾ ਪਿੰਜਰਾ ਲੈ ਕੇ ਆਉਂਦੇ ਹਾਂ, ਉਹ ਵੀ ਛੱਡ ਦਿੰਦੇ ਹਾਂ, ਆਹ ਸੀ ਬਈ ਦੂਜਾ ਪਿੰਜਰਾ ਆਪਣਾ, ਅਤੇ ਬਈ ਨੌ ਮੁਰਗੀਆਂ, ਅਤੇ ਆਪਾਂ ਇੱਕ ਮੁਰਗਾ ਲਿਆ ਗਾ, ਯਾਨੀ ਕਿ ਨੌ ਮੁਰਗੀਆਂ ਨੇ ਇੱਕ ਮੁਰਗਾ, ਦਸ ਨਗ ਨੇ ਟੋਟਲ, ਇਹ ਤਾਂ ਫੜ ਕੇ ਕੱਢਣੇ ਪੈਣਗੇ ਆਪਣਾ, ਇਹਦਾ ਗੇਟ ਛੋਟਾ ਹੈਗਾ ਪਿੰਜਰੇ ਦਾ, ਪਹਿਲਾਂ ਛੱਡਦੇ ਹਾਂ ਬਈ ਮੁਰਗਾ, ਨਾ ਮੁਰਗੀ ਛੱਡਦੇ ਹਾਂ ਪਹਿਲਾਂ, ਆਹ ਰੰਗ ਦੇਖੋ ਬਈ ਕਿੰਨਾ ਸੋਹਣਾ ਹੈਗਾ, ਬਹੁਤ ਘੈਂਟ ਰੰਗ ਆ, ਮੁਰਗਾ ਟੱਪ ਗਿਆ ਆਪੀ, ਚੱਲ ਮੁਰਗਾ ਬਾਅਦ 'ਚੋਂ ਦਿਖਾ ਦਾਂਗੇ, ਲਓ ਜੀ ਆਹ ਰੰਗ ਵੀ ਘੈਂਟ ਆ, ਆਹ ਵੀ ਘੈਂਟ ਆ, ਤਾਂ ਮਿੱਤਰੋ ਦਸ ਦੀਆਂ ਦਸ ਛੱਡਤੀਆਂ ਆਪਾਂ ਮੁਰਗੀਆਂ, ਨਾਲੇ ਮੁਰਗਾ ਛੱਡਤਾ, ਆਹ ਦੇਖੋ ਬਈ ਲਾਲ ਰੰਗ ਦਾ ਮੁਰਗਾ ਹੈਗਾ, ਪੂਰਾ ਵਧੀਆ ਮੁਰਗਾ, ਐਕਟਿਵ ਆ, ਪੱਠਾ ਹੈਗਾ, ਦਿਨਾਂ 'ਚ ਹੀ ਤਿਆਰ ਹੋ ਜੂਗਾ,
ਬਾਕੀ ਆਪਣੇ ਕੋਲ ਮੁਰਗੇ ਹੈਗੇ ਨੇ ਆਰ ਆਈ ਆਰ ਆ, ਬਲੈਕ ਐਸਟਲੋਬ ਵੀ ਆ, ਉਹਨਾਂ ਨੂੰ ਵੀ ਆਹ ਮੁਰਗੀਆਂ ਦੇ ਨਾਲ ਛੱਡ ਦਾਂਗੇ। ਤਾਂ ਬਈ ਇਹ ਮਹੀਨੇ ਦੋ ਮਹੀਨਿਆਂ ਤੱਕ, ਮਹੀਨੇ ਡੇਢ ਮਹੀਨੇ ਤੱਕ ਆਂਡੇ ਧਰਨ ਲੱਗ ਜਾਣਗੀਆਂ, ਤਾਂ ਸਿਆਲਾਂ 'ਚ ਵਾਧੂ ਕਰ ਦੇਣਗੀਆਂ ਆਂਡੇ। ਬਾਕੀ ਬਈ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀਆਂ ਆਪਣੀਆਂ ਸੋਨਾਲੀ ਮੁਰਗੀਆਂ। ਚਲੋ ਆ ਜਾਓ ਵੀ ਇਹਨੂੰ ਕਰਦੇ ਆ ਬੰਦ। ਹੁਣ ਦੇਖੋ ਬਈ ਇੱਧਰ ਜਿਹੜੀ ਆਪਣੀ ਆਹ ਜਗ੍ਹਾ, ਇਹਨੂੰ ਕਰਾਵਾਂਗੇ ਆਪਾਂ ਤਿਆਰ, ਇੱਥੇ ਬਣਾਵਾਂਗੇ ਮਿੰਨੀ ਪੋਲਟਰੀ ਫਾਰਮ। ਜਿਹੜਾ ਆਪਣਾ ਆਹ ਵੱਡਾ ਪਿੰਜਰਾ, ਇਹਦਾ ਥੋੜ੍ਹਾ ਜਿਹਾ ਕੰਮ ਰਹਿੰਦਾ, ਇੱਥੇ ਜਾਲੀ ਲਵਾਉਣੀ ਆ ਬਈ, ਜਿਹੜੀ ਆ ਬਿਰਲਾ ਅਤੇ ਜਾਂ ਫਿਰ ਇਹਦੇ ਉੱਤੇ ਆਹ ਕਰਵਾ ਕੇ ਕੱਲ੍ਹ ਨੂੰ ਇੱਥੇ ਛੱਡਾਂਗੇ ਮੁਰਗੀਆਂ। ਜਦੋਂ ਤੱਕ ਆਪਣਾ ਮਿੰਨੀ ਪੋਲਟਰੀ ਫਾਰਮ ਨਹੀਂ ਤਿਆਰ ਹੁੰਦਾ, ਤਾਂ 4-5 ਦਿਨਾਂ 'ਚ ਸਾਰਾ ਕੰਮ ਹੋ ਜੂਗਾ। ਵੈਸੇ ਬਾਕੀ ਦੇਖਦੇ ਹਾਂ, ਜਿੰਨੀਆਂ ਵੀ ਇਹਨਾਂ ਦੇ ਵਿੱਚ ਮੁਰਗੀਆਂ ਫਿਰਦੀਆਂ ਨੇ ਬਈ, ਅਸੀਲਾਂ ਨੂੰ ਛੱਡ ਕੇ, ਜਿਵੇਂ ਆਹ ਡਬਲ ਐਫ ਜੀ ਫਿਰਦੀਆਂ ਨੇ, ਆਰ ਆਈ ਆਰ ਮੁਰਗੀ ਫਿਰਦੀ ਆ, ਬਲੈਕ ਐਸਟਲੋ ਮੁਰਗਾ ਫਿਰਦਾ, ਤਾਂ ਸਾਰੇ ਉਹਨਾਂ ਦੇ ਨਾਲ ਛੱਡ ਦਾਂਗੇ ਆਪਾਂ। ਅਤੇ ਆਹ ਸੀ ਆਪਣੀ ਅੱਜ ਦੀ ਵੀਡੀਓ। ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ, ਚੈਨਲ ਸਬਸਕ੍ਰਾਈਬ। ਮਿਲਦਾ ਨਵੀਂ ਵੀਡੀਓ 'ਚ ਇੱਕ ਨਵੇਂ ਜਿਹੇ ਟੌਪਿਕ 'ਤੇ। ਰੱਬ ਰਾਖਾ ਜੱਟੋ।